ਤੁਹਾਡਾ ਆਪਣਾ ਐਸਕੇ ਸਿੱਖਿਆ ਨਾਲ ਤਾਂ ਤੁਸੀਂ ਦੇ ਰਹੇ ਹੋ ਨਮਸਕਾਰ ਦੋਸਤੋ ਹਾ ਅੱਜ ਤੱਕ ਆਮਨੇ ਸਾਹਮਣੇ ਦੇਖ ਰਹੇ ਸਾਰੇ ਦਸ਼ਕ ਨੇ ਇੱਕ ਵਾਰ ਫਿਰ ਤੋਂ ਐਸਕੇ ਸਿੱਖਿਆ ਨਾਲ ਦਾ ਪਿਆਰ ਭਰਨ ਨਮਸਕਾਰ ਦੋਸਤੋ ਸਿੱਖ ਗੱਲ ਕਰ ਰਹੇ ਦੁਸ਼ੂਆ ਸ਼ਹਿਰ ਦੀ ਗੱਲ ਕਰ ਰਹੇ ਆ ਕਿ ਦੁਸ਼ੂਆ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਰੇ ਕਿ ਆਮ ਆਦਮੀ ਪਾਰਟੀ ਆਖਿਰਕਾਰ ਦੁਸ਼ੂਆ ਦੇ ਵਿੱਚ ਫਿਰ ਤੋਂ ਬੁਲੰਦੀਆਂ ਤੇ ਆਪਣਾ ਰਸਤਾ ਬਣਾ ਰਹੀ ਹੈ ਪਿੰਡਾਂ ਦੇ ਪਿੰਡ ਸਰਪੰਚ ਮੈਂਬਰ ਪੰਚਾਇਤ ਆਮ ਆਦਮੀ ਪਾਰਟੀ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਫਿਰ ਤੋਂ ਬਹੁਤ ਬੜੀ ਆਮਾਨਦ ਨਾਲ ਸ਼ਾਮਿਲ ਕਰ ਰਹੇ ਆ ਅੱਜ ਅਸੀਂ ਗੱਲਬਾਤ ਕਰਾਂਗੇ ਜਿ세 ਸਾਹਮਣੇ ਕਿ ਆਦਮੀ ਪਾਰਟੀ ਜੋ ਕਿ ਸ਼ਾਨ ਪੰਜਾਬ ਦੀ ਨਹੀਂ ਅਸੀਂ ਪੂਰੇ ਹਿੰਦੁਸਤਾਨ ਦੀ ਸ਼ਾਨ ਕਹਿੰਦਾ ਦਸੂ ਇਹ ਸ਼ਹਿਰ ਦੀ ਸ਼ਾਨ ਐਮ ਐਲ ਏ ਸਾਹਿਬ ਦੇ ਪਿਤਾ ਜੀ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਿਰਕਾਰ ਉਹਨਾਂ ਦਾ ਰਾਜਨੀਤੀ ਕਾਹੰਦਾ ਮਕਸਦ ਕੀ ਸੀ ਸੱਸੀ ਕਾਲ ਸੱਸੀ ਕਾਲ ਜੀ ਸੱਸੀ ਕਾਲ ਬਹੁਤ ਬਹੁਤ ਸੱਸੀ ਕਾਲ ਜੀ ਬਹੁਤ ਨਾਮ ਸੁਣਿਆ ਤੁਹਾਡਾ ਲੋਕਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਤੁਹਾਡਾ ਰੁਝਾਵ ਵੀ ਅੱਛਾ ਲੋਕਾਂ ਚ ਵਿਚਰ ਕੇ ਤੁਸੀਂ ਲੋਕਾਂ ਦੇ ਕੰਮ ਵੀ ਸੇਰੇ ਚਾਰ ਦਿਓ ਤੁਸੀਂ ਆ ਦੱਸੋ ਕਿ ਤੁਸੀਂ ਰਾਜਨੀਤੀ ਕਿਹੰਦਾ ਤੁਹਾਡਾ ਕਾਰਨ ਕਿਸੇ ਪਹਿਲਾਂ ਰਾਜਨੀਤੀ ਚੋਂਦਾ ਕੋਈ ਖਾਸ ਕਾਰਨ ਤਾਂ ਹੈ ਨਹੀਂ ਸੀਗਾ। ਪ੍ਰਿਸ਼ਟ ਜਿਹੜੀਆਂ ਸਰਕਾਰਾਂ ਸੀਗੀਆਂ ਉਸ ਵੇਲੇ ਕਾਂਗਰਸ ਹੀ ਹੁੰਦੀ ਸੀ ਤੇ ਉਹਨੂੰ ਖਤਮ ਕਰਨ ਲਈ ਅਸੀਂ ਇੱਕ ਝੰਡਾ ਚੁੱਕਿਆ ਸੀ ਉਸ ਟਾਈਮ ਸ਼੍ਰੋਮਣੀ ਕਾਲੀਦਾਲ ਅਸੀਂ ਜੁਆਇਨ ਕੀਤਾ ਸੀ। ਵੀ ਸ਼੍ਰੋਮਣੀ ਕਮਾਲੀਦਾਲ ਨਾਲ ਅਸੀਂ ਬੜਾ ਲੰਮਾ ਸਮਾਂ ਰਹੇ ਵੀ ਆਂ ਪਰ ਜਦੋਂ ਉਹਦੇ ਵਿੱਚ ਬਦਲਾਅ ਆਉਣ ਲੱਪਿਆ ਉਹ ਵੀ ਬਾਕੀ ਪਾਰਟੀਆਂ ਵਾਂਗੂ ਕਰਨ ਲੱਪੀ ਦੱਸੀ ਉਹਨੂੰ ਅਲਬਦਾ ਕਹ ਦਿੱਤੀ। ਕੀ ਕਰਦੀ ਸੀ ਬਾਕੀ ਪਾਰਟੀ ਮੰ? ਬਾਕੀ ਪਾਰਟੀਆਂ ਤਕੇ ਨਾਲ ਲੋਕਾਂ ਦੇ ਪਰਚੇ ਕਰਾਉਣੇ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰਨੇ ਭ੍ਰਿਸ਼ਟਾਚਾਰ ਕਰਨਾ ਤੇ ਆਮ ਲੋਕਾਂ ਨੂੰ ਜਿਹੜੇ ਗਰੀਬ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹਨੂੰ ਜਾ ਕੇ ਵਿਧਾਨ ਸਭਾ ਦੇ ਵਿੱਚ ਜਾਂ ਕਿਸੇ ਵੀ ਜਾ ਕੇ ਨਾਮ ਬੁਲੰਦ ਕਰਨਾ ਜਿਹੜੀਆਂ ਮੁੱਖ ਜਿਹੜੀਆਂ ਹੁਨਤਾਈਆਂ ਸੀਗੀਆਂ ਉਹਨਾਂ ਨੂੰ ਉਠਾਉਣ ਲਈ ਅਸੀਂ ਇਹ ਜਿਹੜਾ ਅਕਾਲੀ ਦਲ ਤੋਂ ਜੁਆਇਨ ਕੀਤਾ ਸੀਗਾ ਤੇ ਬੜਾ ਸਮਾਂ ਲੰਘਿਆ ਅਕਾਲੀ ਦਲ 'ਚ ਵੀ ਮੈਂ ਸਰਕਲ ਦਾ ਜਿਹੜਾ ਵੀ ਰਿਆਂ ਅਸੀਂ ਜਿੰਨਾ ਚਿਰ ਉਹ ਪਾਰਟੀ ਰਹੇ ਆ ਪੂਰੀ ਤਨਮਨ ਨਾਲ ਅਸੀਂ ਉਹਨਾਂ ਦੀ ਸੇਵਾ ਵੀ ਕੀਤੀ ਆ ਪਰ ਖੀਰ ਦੇ ਵਿੱਚ ਜਦੋਂ ਸਾਨੂੰ ਲੱਗਿਆ ਵੀ ਇਹ ਪਾਰਟੀ ਬਾਕੀ ਪਾਰਟੀਆਂ ਵਾਂਗ ਦੂਜੀ ਪਾਰਟੀ ਨੂੰ ਕਰਨ ਲੱਪੀ ਤਸੀਂ ਉਹਨੂੰ ਫਤੇ ਬੁਲਾਤੀ ਸਾਨੇ ਸੀ ਘਟੋਂਦਾ ਕਦੇ ਕਦੇ ਕਿ ਇਦਾਂ ਦੇ ਤੁਸੀਂ ਜੋ ਆਪਣੀ ਅੱਖੀ ਦੇਖਦੇ ਕਿ ਬਾਕੀ ਪਾਰਟੀ ਕਿਸ ਤਰ੍ਹਾਂ ਕਰਦੇ ਆ ਕਿ ਅੰਦਰ ਕੁੱਟਨ ਮਹਿਸੂਸ ਹੁੰਦੀ ਸੀ ਕਦੇ ਹਾਂ ਬਹੁਤ ਕੁੱਟਨ ਮਹਿਸੂਸ ਹੁੰਦੀ ਸੀ ਜਿਸ ਪਾਰਟੀ ਦੇ ਵਿੱਚ ਬੈਠੇ ਆ ਇਹ ਉਹਦੀ ਗੱਲ ਬਾਤ ਜਿਹੜੀ ਨਾ ਸੁਣੀ ਜਾਵੇ ਤਾਂ ਆਮ ਜਿਹੜੇ ਲੋਕਾਂ ਦੀ ਗੱਲਾਂ ਜਿਹੜੀਆਂ ਬਾਤਾਂ ਜਿਹੜੇ ਕੰਮ ਸੀਗੇ ਉਹ ਅਸੀਂ ਪਾਰਟੀ ਤੋਂ ਬਾਹਰ ਜਾ ਕੇ ਵੀ ਕਰਦੇ ਰਹੇ ਆ ਪਾਰਟੀ ਕਈ ਵਾਰ ਨਹੀਂ ਵੀ ਸੀ ਕਰਦੀ ਅਸੀਂ ਕਰਦੇ ਰਹੇ ਆ ਕੁਟੰਨਤਾ ਮਹਿਸੂਸ ਹੁੰਦੀ ਆ ਜਦੋਂ ਬੰਦਾ ਮਹਿਸੂਸ ਕਰੇ ਵੀ ਸਾਡੇ ਕੰਮ ਨਹੀਂ ਹੋ ਰਹੇ ਕਿਉਂਕਿ ਇਹ ਜਿਹੜੀ ਸੀਟ ਹੈ ਜਿਹੜੀ ਖਾਸ ਗੱਲ ਹੈ ਸੀਟ ਜਿਹੜੀ ਹੈ ਮੁੱਢ ਤੋਂ ਹੀ ਭਾਜਪੀ ਦੀ ਰਹੀ ਠੀਕ ਹੈ ਅਕਾਲੀ ਦਲ ਨੂੰ ਇੱਕ ਵਾਰੀ ਟਾਈਮ ਮਿਲਿਆ ਸੀਗਾ ਉਸ ਤੋਂ ਬਾਅਦ ਕਦੀ ਟਾਈਮ ਨਹੀਂ ਮਿਲਿਆ ਇੱਥੇ ਇਲੈਕਸ਼ਨਾਂ ਲੜਨ ਦਾ ਤੇ ਅਕਾਲੀ ਦਲ ਜਿਹੜਾ ਇਹ ਗਰਾਵਟਾਲ ਜਾਣ ਦਾ ਕਾਰਨ ਇਹ ਹੋਇਆ ਵੀ ਇੱਥੇ ਭਾਜੀਪੀ ਦੀ ਜਿਹੜਾ ਐਮਐਲਏ ਰਿਆ ਭਾਜੀਪੀ ਦੇ ਐਮਐਲਏ ਜਿਹੜਾ ਰੇ ਨਾ ਉਹਨੂੰ ਇੱਥੋਂ ਕਿਸ ਤਰੀਕਾ ਨਾਲ ਜਿੱਤ ਪ੍ਰਾਪਤ ਹੋ ਉਹਦੇ ਕੀ ਕਾਰਨ ਸੀ ਅਕਾਲੀ ਦਲ ਬਹੁਤ ਜਿਹੜੀ ਪਾਰਟੀ ਸੀਗੀ ਬੜੀ ਨਾ ਤਗੜੀ ਹੋ ਕੇ ਇਲੈਕਸ਼ਨ ਲੜਦੀ ਸੀ ਇਹਦੇ ਜਿਹੜੇ ਵਰਕਰ ਨੇ ਜਦੋਂ ਇਲੈਕਸ਼ਨ ਲੜਦੇ ਆ ਰਾਤ ਦਿਨ ਇੱਕ ਕਰਕੇ ਲੜਦੇ ਸੀ ਪਾਰਟੀ ਨੂੰ ਬੜਾ ਮੈਂ ਮਤਲਬ 20 ਸਾਲ ਮੈਂ ਤਕਰੀਬਨ ਅਕਾਲੀ ਦਲ ਦਾ ਪ੍ਰਧਾਨ ਰਿਆ ਤੇ ਮੈਂ ਬੜਾ ਸੰਗਠਨ ਨੂੰ ਇਕੱਠਾ ਕਰਕੇ ਰੱਖਿਆ ਸੀ ਜਦੋਂ ਇਲੈਕਸ਼ਨ ਹੁੰਦੀ ਸੀ ਜਿਹੜੀ ਮੇਰੀ ਟੀਮ ਸੀ ਜਿਹੜੀ ਅੱਜ ਆਪ ਦੇ ਵਿੱਚ ਹੈ ਇਹ ਸਾਰੀ ਟੀਮ ਜਿਹੜੀ ਹੈ ਇਕੱਠੇ ਹੋ ਕੇ ਲੜਦੀ ਸੀ ਇਸ ਕਰਕੇ ਉਹ ਜਿੱਦਾਂ ਕਾਰਨ ਬਣਦੀ ਰਹੀ ਹੈ ਤੁਸੀਂ ਨੇ ਸੋਚਿਆ ਕਿ ਤੁਸੀਂ ਵੀ ਬੀਜੇਪੀ 'ਚ ਚੱਲ ਜਾਓ ਨਹੀਂ ਮੈਂ ਕਦੀ ਸੋਚਿਆ ਨਹੀਂ ਕਦੀ ਇਸ ਬਾਰੇ ਅਸੀਂ ਵਿਚਾਰ ਨਹੀਂ ਕੀਤੀ ਅਕਾਲੀ ਦਲ ਨਾਲ ਜਦੋਂ ਫਿਰ ਸਾਡੀ ਤਣ ਟੁੱਟ ਗਿਆ ਤੇ ਅਸੀਂ ਫਿਰ ਆਮ ਆਲ ਪਾਰਟੀ ਜਿਹੜੀ ਆ ਜਿਹੜੀ ਨਵੀਂ ਸੋਚ ਲੈ ਕੇ ਆਈ ਸੀ ਉਹਦੇ ਵੱਲ ਨੂੰ ਅਸੀਂ ਸਾਡਾ ਰੁਝਾਨ ਹੋ ਗਿਆ ਵੀ ਇਹ ਪਾਰਟੀ ਨਵੀਂ ਹੈ ਤੇ ਇਹ ਜਿਹੜੀ ਲੋਕਾਂ ਦੇ ਕੰਮ ਜਿਹੜੀ ਇਹ ਕਰੇਗੀ ਇਸ ਕਰਕੇ ਅਸੀਂ ਇਹਦੇ ਵੱਲ ਨੂੰ ਜ਼ਿਆਦਾ ਰੁਝਾਨ ਰੱਖੇ ਮਤਲਬ ਕਿ ਤੁਸੀਂ ਭਾਜਪਾ ਕਾਲੀ ਦਲ ਪਾਰਟੀ ਦੇ ਨੀਤੀਆਂ ਵੇਖ ਕੇ ਤੁਹਾਨੂੰ ਕਿਤੇ ਲੱਗਦਾ ਸੀ ਕਿਤੇ ਨਾ ਕਿਸੇ ਬਦਲਾਵ ਵਾਲਾ ਕੋਈ ਨਾ ਕੋਈ ਸਿਸਟਮ ਹਿੰਦੁਸਤਾਨ ਵਿੱਚ ਕੋਈ ਅਦਾਂ ਨਾ ਹੋਵੇ ਕਿ ਜਿਹਦੇ ਵਿੱਚ ਤੁਸੀਂ ਖੁੱਲ ਕੇ ਦਿਲ ਖੁੱਲ ਕੇ ਕੰਮ ਕਰੋ ਤੇ ਜਨਤਾ ਦੀ ਸੇਵਾ ਕਰੋ ਉਹ ਜਿਹੜੀ ਪਾਰਟੀ ਤੁਹਾਨੂੰ ਨਜ਼ਰ ਆਈ ਆਮ ਆਦਮੀ ਪਾਰਟੀ ਹ ਬਿਲਕੁਲ ਸਾਨੂੰ ਲੱਗਦਾ ਸੀ ਬਈ ਕੇਜਰੀਵਾਲ ਦੀਆਂ ਨੀਤੀਆਂ ਭਗਵੰਤ ਮਾਨ ਜੀ ਦਾ ਲੋਕਾਂ ਦੇ ਵਿੱਚ ਪਿਆਰ ਲੋਕਾਂ ਨਾਲ ਗੱਲਬਾਤ ਕਰਨੀ ਲੋਕਾਂ ਨਾਲ ਜਿਹੜੇ ਕੋਈ ਵਾਅਦੇ ਕਰਨੇ ਐ ਐਜੂਕੇਸ਼ਨ ਦੇ ਉੱਤੇ ਜਾਂ ਹੈਲਥ ਦੇ ਉੱਤੇ ਵੱਡਾ ਕੰਮ ਕਰਨ ਦੀ ਜਿਹੜੀ ਗੱਲ ਕਰਦੇ ਸੀ ਜਿਹੜੀ ਕਿ ਬੜੀ ਪੰਜਾਬ ਦੇ ਵਿੱਚ ਲੋੜ ਸੀਗੀ ਨੌਜਵਾਨੀ ਨੂੰ ਉਹਦੇ ਲਈ ਸਾਨੂੰ ਲੱਗਦਾ ਸੀ ਇਹ ਪਾਰਟੀ ਜਿਹੜੀ ਐ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਕੰਮ ਕਰੇਗੀ ਇਹਦੇ ਲਈ ਅਸੀਂ ਆਮ ਆਦਮੀ ਪਾਰਟੀ ਵੱਲ ਦਾ ਰੁਝਾਨ ਕੀਤਾ ਦਸ਼ੂਏ ਏਰੀਆ ਦੇ ਵਿੱਚ ਜਿਹੜੀਆਂ ਵੋਟਾਂ ਨੇ ਜਨਤਾ ਨੇ ਤੁਹਾਨੂੰ ਪਾਈਆਂ ਜਾਂ ਪਾਰਟੀ ਨੂੰ ਪਾਈਆਂ ਜਾਂ ਫਿਰ ਇੱਕ ਲਹਿਰ ਨੂੰ ਪਾਈਆਂ ਤੁਹਾਡੇ ਮੁਤਾਬਿਕ ਦਸੂਏ ਦੇ ਵਿੱਚ ਮੈਂ ਆਜ਼ਾਦ ਇਲੈਕਸ਼ਨ ਵੀ ਲੜੀ ਸੀ ਠੀਕ ਹੈ ਤੇ ਪੰਜ ਦਿਨ ਮਤਲਬ ਲੱਖਾਂ 'ਚ ਰਹਿੰਦੇ ਸੀ ਜਦੋਂ ਮੈਨੂੰ ਨਿਸ਼ਾਨ ਮਿਲਿਆ ਤੇ ਪੰਜਾਂ ਦਿਨਾਂ ਦੀ ਇਲੈਕਸ਼ਨ ਲੜ ਕੇ ਮੈਨੂੰ 2017 ਦੇ ਵਿੱਚ 10000 ਵੋਟ ਪਈ ਸੀ ਕੀ ਬਾਤ ਹੈ ਆਜ਼ਾਦ ਨੂੰ 10 ਪੰਜ ਦਿਨ ਦੀ ਇਲੈਕਸ਼ਨ ਦੇ ਵਿੱਚ ਹੀ ਇਹਦੇ ਕਰਕੇ ਸਾਨੂੰ ਇਹ ਸੀਗਾ ਵੀ ਪਾਰਟੀ ਬੜੀ ਤਗੜੀ ਹੈ ਆਮ ਆਦਮੀ ਪਾਰਟੀ ਥੋੜਾ ਜਿਹਾ ਐਸ ਵੀ ਦੇ ਉਹਦਾ ਲੋਕਾਂ ਦਾ ਰੋਖ ਨਮਸਕਾਰ ਦੋਸਤੋ دوسری ਗੱਲ ਸਾਡੀ ਮਿਹਨਤ ਵੀ ਸੀ ਐਮਐਲਏ ਸਾਹਿਬ ਆ ਬਹੁਤ ਮਿਹਨਤੀ ਸੀਗੇ ਪਿੰਡਾਂ ਦੇ ਵਿੱਚ ਉਹਨਾਂ ਨੇ ਬੜਾ ਲੰਮਾ ਸਮਾਂ ਕਿਉਂਕਿ ਕਾਲੀਦਾਲ 24 ਪ੍ਰਧਾਨ ਰਹੇ ਆ ਉਹਨਾਂ ਨੇ ਲੋਕਾਂ ਦੇ ਨਾਲ ਤਾਲਮਿਲ ਬੜਾ ਵਧੀਆ ਰੱਖਿਆ ਸੀ ਸਾਨੂੰ ਲੱਗਦਾ ਸੀ ਵੀ ਲੋਕ ਸਾਡੇ ਵਰਗੇ ਗਰੀਬ ਪਰਿਵਾਰ ਨੂੰ ਜਿਹੜਾ ਆਮ ਪਰਿਵਾਰ ਆ ਵੀ ਇੱਕ ਵਾਰੀ ਮੌਕਾ ਜ਼ਰੂਰ ਦੇਣਗੇ ਤੋਂ ਸਾਨੂੰ ਅਸੀਂ ਲੋਕਾਂ ਦੇ ਰਣੀ ਆ ਵੀ ਸਾਡੇ ਵਰਗੇ ਪਰਿਵਾਰ ਨੂੰ ਉਹਨਾਂ ਨੇ ਲੈ ਕੇ ਆਂਦਾ ਅੱਗੇ ਤੇ ਅਸੀਂ ਕੋਸ਼ਿਸ਼ ਵੀ ਕਰ ਰਹੇ ਆਂ ਵੀ ਅਸੀਂ ਲੋਕਾਂ ਦੇ ਨਾਲ ਜਿਹੜੇ ਪਰਿਵਾਰ ਜਿਨ੍ਹਾਂ ਦੀ ਕਦੀ ਗੱਲ ਨਹੀਂ ਸੁਣੀ ਗਈ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਜਾ ਕੇ ਵਿਧਾਨ ਸਭਾ ਵਿੱਚ ਬਣੀ ਹੈ ਉਹਨਾਂ ਲੋਕਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੋਟਾਂ ਨਾ ਮੰਗਣੀਆਂ ਪੈਣ ਅਸੀਂ ਇਹ ਕਹੀਏ ਜੇ ਅਸੀਂ ਕੰਮ ਕੀਤੇ ਹੈ ਕੇਸਰੀਵਾਲ ਦਾ ਜਿਹੜਾ ਨਾਰਾ ਬੁਲੰਦ ਕਰੀਏ ਤੁਸੀਂ ਵੀ ਸੋਚਿਆ ਸੀ ਕਿ ਬੇਟਾ ਟੋਡਾ ਵੀ ਰਾਜਨੀਤਿਕ ਵੱਲ ਜਾਏ ਸੋਚਿਆ ਸੀ ਕਦੇ ਨਹੀਂ ਅਸੀਂ ਉਹਨੂੰ ਲਾਕ ਕਰਾਇਆ ਸੀ ਲਾਕ ਕਾਲਜ ਪੜ੍ਹਦੇ ਆ ਪੜ੍ਹਦੇ ਹੀ ਉਹ ਯੂਨੀਵਰਸਿਟੀ ਦਾ ਪ੍ਰਧਾਨ ਬਣ ਗਿਆ ਐਸਓਆਈ ਦਾ ਉਸ ਤੋਂ ਬਾਅਦ ਉਹ ਜੂਤ ਕਾਲੀ ਦਾ ਪ੍ਰਧਾਨ ਬਣ ਗਿਆ ਪਰ ਅਸੀਂ ਨਹੀਂ ਸੀ ਚਾਹੁੰਦੇ ਉਹ ਰਾਜਨੀਤੀ ਵੱਲ ਆਵੇ ਕਿਉਂਕਿ ਇਹ ਜਿਹੜੀ ਖੇਡ ਆ ਇਹ ਕੋਈ ਬਹੁਤ ਵਧੀਆ ਖੇਡ ਨਹੀਂ ਸੀ ਪਰ ਜਦੋਂ ਖੇਡ ਚ ਆ ਗਿਆ ਹੁਣ ਅਸੀਂ ਉਹਨੂੰ ਬੇਨਤੀ ਰੋਜ਼ ਕਰਦੇ ਹਾਂ ਸਵੇਰੇ ਵੀ ਕਰਦੇ ਹਾਂ ਸ਼ਾਮ ਨੂੰ ਵੀ ਕਰਦੇ ਹਾਂ ਵੀ ਇਹਨੂੰ ਇੱਦੀ ਵਧੀਆ ਢੰਗ ਨਾਲ ਕਰਨਾ ਹੈ ਵੀ ਭ੍ਰਿਸ਼ਟਾਚਾਰ ਤੋਂ ਮੁਕਤ ਤੇ ਆਮ ਲੋਕ ਜਿਹੜੇ ਲੋਕ ਦਬਲੇ ਕੁਚਲੇ ਨੇ ਉਨਾ ਵੱਲ ਖਾਤਿਆਨ ਰੱਖਣਾ ਸਰਦਾਰਾਂ ਦੀ ਜਾਂ ਬਹੁਤ ਮੀਰਾਂ ਲੋਕਾਂ ਦੀ ਜਿਹੜੇ ਲੋਕ ਰਾਜਨੀਤੀ ਦੇ ਵਿੱਚ ਕੋਈ ਮਾਇਨੇ ਨਹੀਂ ਰਖਾਉਂਦੇ ਉਹਨਾਂ ਵੱਲ ਨਾ ਆਪਾਂ ਖਿਆਲ ਕਰਕੇ ਆਮ ਲੋਕਾਂ ਦੀ ਆਵਾਜ਼ ਬਣਦਾ ਅਸੀਂ ਯਤਨ ਕਰਾਂਗੇ ਉਹਨੂੰ ਵੀ ਅਸੀਂ ਇਹੋ ਪ੍ਰੇਰਨਾ ਦਿੰਦੇ ਆ 20 ਸਾਲ 25 ਸਾਲ ਤੁਸੀਂ ਦੂਸੀਆਂ ਪਾਰਟੀਆਂ ਚ ਲਗਾਏ ਉਹ 20 ਸਾਲਾਂ ਦੇ ਵਿੱਚ ਤੇ ਹੁਣ ਦੇ 10 ਮਹੀਨਿਆਂ ਦੇ ਵਿੱਚ ਕੀ ਅੰਤਰ ਆ ਸਰ ਬੜਾ ਵੱਡਾ ਅੰਤਰ ਆਈ ਸਕੂਲ ਜਿਹੜੇ ਐਜੂਕੇਸ਼ਨ ਲਈ 20 ਸਾਲਾਂ ਜਾਂ 25 ਸਾਲਾਂ ਚ ਨਹੀਂ ਬਣ ਸਕੇ ਅੱਜ ਸਾਡਾ ਬੜਾ ਪੁਰਾਣਾ ਸਕੂਲ ਸਕੂਲ ਆਫ ਫੈਮਿਨਨ ਜਿਹੜਾ ਬਣਿਆ ਹੈ ਠੀਕ ਹੈ ਜੀ ਉਹ ਇਸਲਾਮੀਆਂ ਸਕੂਲ ਸੀਗਾ ਸਾਡਾ ਠੀਕ ਹੈ ਅੱਜ ਦਾ ਨਹੀਂ ਬੜਾ ਪੁਰਾਣਾ ਜਦੋਂ ਬਾਅਦ ਦੇ ਵਿੱਚ ਉਹ ਖਾਲਸਾ ਸਕੂਲ ਬਣ ਗਿਆ ਸੀਨੀਅਰ ਸਕੈਂਡਰੀ ਸਕੂਲ ਉਸ ਤੋਂ ਬਾਅਦ ਗਵਰਨਮੈਂਟ ਸਕੂਲ ਬਣਿਆ ਉਹਦੀ ਕਦੀ ਕੋਈ ਪੁੱਛ ਪੜਤਾਲ ਨਹੀਂ ਪ੍ਰਾਣੀ ਬਿਲਡਿੰਗ ਉਹੋ ਹੀ ਕਿਲਾ ਉਹੋ ਹੀ ਸਾਡਾ ਹਾਲ ਹੈ ਜਿੱਥੇ ਅਸੀਂ ਪੜ੍ਹੇ ਹਾਂ ਮੈਂ ਪੜ੍ਹਿਆ ਅਸ ਕਰਕੇ ਤੇ ਉਹ ਅੱਜ ਸਾਨੂੰ ਖੁਸ਼ੀ ਹੋਈ ਆ ਇੱਕ ਤਾਂ ਦਸੂਏ ਦੇ ਵਿੱਚ ਉਹ ਬਹੁਤ ਵੱਡਾ ਮਾਰਕਾ ਆ ਉਹ ਤੋਂ ਬਾਅਦ ਚਾਰ ਮਹੱਲਾ ਕਲੀਨਿਕ ਅਸੀਂ ਖਲਵਾਏ ਨੇ ਠੀਕ ਹੈ ਬਟਲੇ ਦੇ ਵਿੱਚ ਕੋਗਰੇ ਦੇ ਵਿੱਚ ਤੇ ਹੋਰ ਦੋ ਤਿੰਨ ਜਗ੍ਹਾ ਤੇ ਮਹੱਲਾ ਕਲੀਨਿਕ ਦੇ ਵਿੱਚ ਟੋਟਲੀ ਦਵਾਈ ਫ੍ਰੀ ਹੁੰਦੀ ਹੈ ਕਿ ਜੋ ਪਰਚੀ ਹੁੰਦੀ ਹੈ ਕੀ ਸਿਸਟਮ ਉਹਨਾਂ ਦਾ ਮਤਲਬ ਟੋਟਲੀ ਫ੍ਰੀ ਦਵਾਈ ਹੈ ਜੀ ਠੀਕ ਹੈ ਸਰ ਹੁਣ ਇਸ ਟੈਸਟ ਹੋਰ ਵੀ ਡਾਕਟਰ ਜਿਹੜੇ ਆ ਰਹੇ ਨਵੇਂ ਮਹੱਲਾ ਕਲੀਨਿਕਾਂ ਨੂੰ ਅਸੀਂ ਬਹੁਤ ਵਧੀਆ ਲੈਵਲ ਤੇ ਲੈ ਕੇ ਜਾ ਰਹੇ ਆ ਕਿੰਨੀ ਆਬਾਦੀ ਹੈ ਤੁਹਾਡੇ ਦਸੂਏ ਦੀ ਦਸੂਏ ਦੀ ਆਬਾਦੀ ਤਾਂ ਤਕਰੀਬਨ 3 ਲੱਖ ਤੋਂ ਉੱਤੇ ਹੋਊਗੀ ਤੁਹਾਨੂੰ ਇਹ ਆਦੀ ਨਹੀਂ ਸਾਰੇ ਕੌਨਸਟੀਚੁਐਂਸੀ ਦੀ ਹਨ 2 ਲੱਖ ਵੋਟ ਹੈ ਠੀਕ ਹੈ 3 ਲੱਖ ਦੇ ਲਾਗੇ ਆਬਾਦੀ ਉਹ ਛੋਟੇ ਬੱਚੇ ਪਾ ਕੇ 3 ਲੱਖ ਦੇ ਕਰੀਬ ਸਾਡੀ ਆਬਾਦੀ ਹੈ ਬਹੁਤ ਵੱਡਾ ਸਾਡਾ ਏਰੀਆ ਹੈ ਫਿਲਹਾਲ ਦੀ ਫਿਲਹਾਲ ਕਿੰਨੀਆਂ ਵੋਟਾਂ ਤੇ ਰਾਜ ਕੀਤਾ ਤੁਸੀਂ ਅਸੀਂ ਤਕਰੀਬਨ ਜੇ ਮਹਿਸੂਸ ਕਰੀਏ ਤੇ ਅੱਜ ਤਾਂ ਅਸੀਂ ਸਾਰੀਆਂ ਵੋਟਾਂ ਦੇ ਰਾਜ ਕਰ ਰਹੇ ਹਾਂ ਕਿਉਂਕਿ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਉਹ ਵੀ ਸਾਡੇ ਸਿਰ ਮੱਥੇ ਤੇ ਜਿਨ੍ਹਾਂ ਨੇ ਨਹੀਂ ਪਾਈਆਂ ਉਹ ਵੀ ਸਾਡੀਆਂ ਨੀਤੀਆਂ ਨਾਲ ਸ਼ਾਮਲ ਹੋ ਰਹੇ ਆ ਅਸੀਂ ਯਤਨ ਕਰ ਰਹੇ ਆ ਵੀ ਉਹਨਾਂ ਨੂੰ ਅਸੀਂ ਆਪਣੇ ਜਿਹੜੇ ਪਾਏ ਹੋਏ ਕੰਮ ਨੇ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਨੂੰ ਅਸੀਂ ਦਸੀਏ ਵੀ ਸਾਡੇ ਨਾਲ ਆਓ ਤੇ ਨਾਲ ਕੇ ਹੰਬੜਾ ਮਾਰੀਏ ਵੀ ਆਉਣ ਵਾਲੀ ਜਿਹੜਾ ਸਮਾਂ ਆ ਉਹ ਵੀ ਸਾਡੇ ਨਾਲ ਵਧੀਆ ਚੜਾ ਲੰਗੇ ਵਿਤਕਰਾ ਹੋਇਆ ਕਿ ਮਤਲਬ ਆਮ ਆਦਮੀ ਪਾਰਟੀ ਨੂੰ ਤੁਹਾਡੇ ਕੋਲ ਜਾਂ ਬੇਟਾ ਜੀ ਕੋਈ ਵਰਕਰ ਕੰਮ ਆਸਤੇ ਆਂਦੇ ਨੇ ਜਾਂ ਉਹ ਕਾਲੀ ਪਾਰਟੀ ਦੇ ਨਾਲ ਜਾਂ ਕਾਂਗਰਸ ਜਾਂ ਬੀਜੇ ਪਾਰਟੀ ਸੰਬੰਧਿਤ ਰੱਖਦੇ ਹੋਣ ਤੁਹਾਡੇ ਵੱਲੋਂ ਕਿਸੇ ਪ੍ਰਕਾਰ ਦੀ ਹੋਣਾ ਚੇ ਖੜਖੜਾ ਕੀ ਨਹੀਂ ਤੁਸੀਂ ਵੋਟਾਂ ਪਾਈਆਂ ਜਾਂ ਡਾਇਰੈਕਟਰ ਤੌਰ ਤੇ ਉਹਨਾਂ ਦਾ ਵੀ ਹੋਣਾ ਹੈ ਜੀ ਆਇਆਂ ਨੂੰ ਜਿੰਨਾ ਤੁਹਾਡੀ ਆਮ ਆਦਮੀ ਪਾਰਟੀ ਦਾ ਮੈਂ ਬਹੁਤਾ ਕੁਝ ਨਹੀਂ ਕਹਿਣਾ ਮੈਂ ਤੁਸੀਂ ਪੱਤਰਕਾਰ ਹੋ ਤੀਜਾ ਥੰਮ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਵੀ ਕਦੀ ਤੁਸੀਂ ਕਿਸੇ ਟਾਈਮ ਐਨੀ ਟਾਈਮ ਸਾਡੇ ਘਰ ਜਰੂਰ ਆਇਓ ਸਵੇਰ ਨੂੰ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਐਤਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਤੁਸੀਂ ਉੱਥੇ ਬੈਠਣਾ ਤੁਸੀਂ ਦੱਸਣਾ ਨਹੀਂ ਮੈਂ ਕਿਸੇ ਪੱਤਰਕਾਰ ਆਇਆ ਤੁਸੀਂ ਆਣ ਕੇ ਆਪ ਖੁਦ ਦੇਖ ਲੈਣਾ ਵੀ ਸਾਡੇ ਐਮਐਲਏ ਸਾਹਿਬਾਨ ਸਵੇਰੇ 9 ਵਜੇ ਬੈਠ ਕੇ 11 ਵਜੇ ਤੱਕ ਆਮ ਲੋਕਾਂ ਦੀ ਉੱਥੇ ਆਵਾਜ਼ ਸੁਣਦੇ ਨੇ ਹਰ ਘਰ ਆਏ ਨੂੰ ਕਾ ਦੇ ਨਾਲ ਜੋ ਵੀ ਖਾਣਾ ਚਾਹੋ ਉਹ ਮਿਲੇਗਾ ਮਾਨ ਸਤਕਾਰ ਦੇ ਵਿੱਚ ਕਦੀ ਵੀ ਨਾ ਅਕਾਲੀ ਦਾ ਜਦੋਂ ਐਮਐਲਏ ਸਾਹਿਬ ਘਰ ਹੋਣ ਜਾਂ ਤੁਸੀਂ ਘਰ ਹੋ ਉਦੋਂ ਲੋਕਾਂ ਨੂੰ ਚਾਹ ਪਾਣੀ ਮਿਲਦਾ ਕਿ ਜਾਂ ਜਦੋਂ ਨਾ ਹੋਏ ਤਾਂ ਐਨੀਵੇ ਉਹ ਨਹੀਂ ਐਮਐਲਏ ਸਾਹਿਬ ਤੁਸੀਂ ਵੀ ਨਹੀਂ ਆਗੇ ਕਰ ਉਦੋਂ ਵੀ ਕੋਈ ਪੁੱਛਗਿੱਛ ਹੁੰਦੀ ਹੈ ਬਿਲਕੁਲ ਜਿਹੜੇ ਸਾਡਾ ਸਾਰਾ ਪਰਿਵਾਰ ਹੈ ਨਾ ਉਹ ਬੇਸਿਕਲੀ ਪੋਲੀਟੀਕਲ ਹੋ ਗਿਆ ਮੇਰੇ ਮੈਸੇਜ ਜਿਹੜੇ ਨੇ ਉਹ ਪਿੰਡ ਦੇ ਸਰਪੰਚ ਰਹੇ ਨੇ तकरीबन 15 ਸਾਲ ਲਗਾਤਾਰ ਸਰਸੰਪਤੀ ਨਾ ਤੇ ਮੇਰੀ ਜਿਹੜੀ ਨੂਰਾਨੀ ਹੈ ਬੇਟੀ ਐਮਐਲਏ ਸਾਹਿਬ ਦੇ ਘਰੋਂ ਉਹ ਵੀ ਸਾਡੇ ਘਰ ਜਦੋਂ ਵੀ ਕੋਈ ਜਾਏਗਾ ਉਹਦਾ ਪੂਰਾ ਮਾਨ ਸਤਕਾਰ ਦੇ ਨਾਲ ਉਹਨੂੰ ਬਿਠਾਇਆ ਜਾਏਗਾ ਉਹਦੀ ਗੱਲ ਸੁਣਨ ਜਾਏਗੀ ਜੇ ਮੈਂ ਘਰ ਨਹੀਂ ਵੀ ਹੋਗਾ ਤੇ ਮੇਰੇ ਘਰੋਂ ਫੋਨ ਆ ਜਾਏਗਾ ਵੀ ਇਹ ਆਏ ਨੇ ਇਹਨਾਂ ਦਾ ਆ ਕੰਮ ਹੈ ਤੇ ਇਹ ਸਾਡੇ ਕੋਲ ਆਏ ਦੱਸੋ ਉਹਨਾਂ ਦਾ ਕੀ ਕਰਨਾ ਕੀ ਕਹਿਣਾ ਚਾਹੁੰਦੇ ਦਸੂਏ ਦੀ ਚੰਤਨ ਨੂੰ ਜਿਨ੍ਹਾਂ ਨੇ ਸਾਨੂੰ ਸਰਤਾਜ ਪਹਿਨਾਇਆ ਬੜੇ ਅੱਛੇ ਤਰੀਕ ਨਾਲ ਤੁਹਾਡਾ ਮਾਨ ਸਮਾਨ ਵਧਾਦਨੇ ਪੈਣਾ ਸਾਰੇ ਹੀ ਲੋਕ ਇਸ ਟਾਈਮ ਦਸੂਏ ਦੇ ਕਿਸੇ ਵੀ ਕੋਨੇ ਤੇ ਚਲ ਜਾਈਏ ਤੁਹਾਡੀ ਜਾਜਕਾਰ ਹੈ ਤੁਹਾਡੀ ਬੇਟਾ ਜੀ ਦੀਪ ਐਮਐਲਏ ਸਾਹਿਬ ਦੀ ਸੀਨੀਅਰ ਅਗੂ ਲੀਡਰ ਦੀ ਤੁਹਾਡੀ ਤੇ ਕੀ ਔਣਾ ਦਾ ਕੀ ਮੈਂ ਧੰਨਵਾਦ ਕਰਦੇ ਹਾਂ ਅਸੀਂ ਤਾਂ ਆਪਣੇ ਆਪ ਨੂੰ ਬੜੇ ਵੱਡੇ ਭਾਗੇ ਮਹਿਸੂਸ ਕਰਦੇ ਆਂ ਪਹਿਲੀ ਗੱਲ ਤਾਂ ਵੀ ਸਾਨੂੰ ਅਸੀਂ ਕਦੀ ਮਹਿਸੂਸ ਨਹੀਂ ਕੀਤਾ ਵੀ ਸਾਨੂੰ ਇਹ ਲੋਕ ਏਡੇ ਵੱਡੇ ਤਾਜ ਤੇ ਬਿਠਾ ਦੇਣਗੇ ਅਸੀਂ ਲੋਕਾਂ ਦੀ ਸੇਵਾ ਕਰਨੇ ਆਏ ਆਂ ਉਹ ਲੋਕ ਜਿਨ੍ਹਾਂ ਲੋਕਾਂ ਨੇ ਸਾਨੂੰ ਮਾਣ ਬਖਸ਼ਿਆ ਅਸੀਂ ਸਦਾ ਹੀ ਉਹਨਾਂ ਦੇ ਰਿਣੀ ਆਂ ਤੇ ਸਦਾ ਹੀ ਰਹਾਂਗੇ ਜਿਨ੍ਹਾਂ ਨੇ ਨਹੀਂ ਵੋਟਾਂ ਪਾਈਆਂ ਸਾਨੂੰ ਕੰਮ ਦੱਸਣ ਡਿਵੈਲਪਮੈਂਟ ਦੇ ਕੰਮ ਲਈ ਅਸੀਂ ਕਦੇ ਕਿਸੇ ਨੂੰ ਨਾ ਨਹੀਂ ਕਰਾਂਗੇ ਆ ਹੁਣ ਵੀ ਸਾਡੀਆਂ ਗਰੰਟੀਆਂ ਆਈਆਂ ਨੇ ਮੈਂ ਜੇ ਕਹਾਂ ਤਾਂ ਤੁਹਾਨੂੰ ਲਿਸਟ ਵੀ ਦੇ ਦੇਣਾ ਭਈ ਉਹ ਪਿੰਡ ਜਿੱਥੇ ਪੱਕੇ ਕਾਂਗਰਸ ਦੇ ਲੋਕ ਹੋਣਗੇ ਇਹ ਜ਼ਰੂਰੀ ਨਹੀਂ ਭਈ ਕਾਂਗਰਸ ਵਾਲਿਆਂ ਨੇ ਦੇ ਪਿੰਡਾਂ ਨੂੰ ਗਰੰਟੀਆਂ ਮਿਲਣੀਆਂ ਜਾਂ ਅਕਾਲੀ ਦਲ ਨੂੰ ਮਿਲਣੀਆਂ ਜਾਂ ਆਮ ਪਾਰਟੀ ਨੂੰ ਮਿਲਣੀਆਂ ਜਿੱਥੇ ਕਾਂਗਰਸ ਵਾਲੇ ਨੇ ਉੱਥੇ ਸਾਡੇ ਆਮ ਆਦਮੀ ਪਾਰਟੀ ਦੇ ਨੇ ਮਤਲਬ ਕਿ ਕੰਮ ਜਿਹੜਾ ਅੱਖਾਂ ਬੰਦ ਕਰਕੇ ਕਰਵਾਇਆ ਜਾਏਗਾ ਦੇਖਣ ਹੀ ਜਾਏਗਾ ਕਿਦਾਂ ਤੇ ਕਿਦੀ ਮੋਹਰ ਲੱਗੀ ਹੋਈ ਹੈ ਬਿਲਕੁਲ ਬਿਲਕੁਲ ਅੱਖਾਂ ਬੰਦ ਕਰਕੇ ਕਰਵਾਇਆ ਜਾਏਗਾ ਬਹੁਤ ਲੋਕ ਜਲਦੀ ਸਾਡੀਆਂ ਵੇਖ ਕੇ ਕੰਮ ਨੂੰ ਸਾਡੇ ਨਾਲ ਜੁੜ ਰਹੇ ਨੇ ਅਕਾਲੀ ਦਲ ਦੇ ਬਹੁਤ ਵੱਡੇ ਜਿਹੜੇ ਲੀਡਰ ਨੇ ਕੋਈ ਵੱਡਾ ਵੱਡਾ ਖਾਸ ਕੰਮ ਖਾਸ ਕੰਮ ਕਿਹੜੇ ਜਾ ਹੂੰ ਤੁਸੀਂ ਦਸੂਏ ਚ ਵੱਡਾ ਕਰਨ ਜਾ ਰਹੇ ਕੋਈ ਦਸੂਏ ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਕੰਮ ਕਰਵਾ ਰਹੇ ਆ ਤੁਹਾਡੀ ਕਿਰਪਾ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਵੀ ਇੱਥੇ ਸਰਕਾਰੀ ਕਾਲਜ ਜਿਹੜਾ ਸੀ ਉਹ ਖੋਲਣ ਦਾ ਯਤਨ ਕਰਵਾ ਰਹੇ ਹਾਂ ਬਹੁਤ ਜਲਦੀ ਸਾਡਾ ਸਾਰੇ ਦਾ ਸਾਰਾ ਧਿਆਨ ਐਜੂਕੇਸ਼ਨ ਉੱਲ ਹੈ ਜਿਹੜਾ ਕਿ ਅਸੀਂ ਬਹੁਤ ਜਲਦੀ ਐਤਕੀ ਵਿਧਾਨ ਸਭਾ ਦੇ ਵਿੱਚ ਫਿਰ ਅਸੀਂ ਸਵਾਲ ਕਰਾਂਗੇ ਦੂਸਰਾ ਕੰਮ ਤਲਵਾੜੇ ਤੋਂ ਅੰਮ੍ਰਿਤਸਰ ਲਈ ਅਸੀਂ ਬੱਸ ਸੇਵਾ ਜਿਹੜੀ ਹੈ ਉਹ ਬਹਾਲ ਕਰਾਉਣ ਦਾ ਯਤਨ ਕਰ ਰਹੇ ਹਾਂ ਬਈ ਗੁਰਦਾਮਾ ਲਈ ਜਿਹੜੀਆਂ ਬੱਸਾਂ ਨੇ ਉਹ ਲੋਕਾਂ ਨੂੰ ਖੱਜਲਖਵਾਰ ਨਾ ਹੋਣਾ ਪਵੇ ਤਲਵਾੜੇ ਤੋਂ ਲੈ ਕੇ ਤੇ ਅੰਮ੍ਰਿਤਸਰ ਤੱਕ ਅਸੀਂ ਬਸ ਸੇਵਾ ਜਿਹੜੀ ਹੈ ਉਹ ਆਕੀ ਵਿਧਾਨ ਸਭਾ ਚ ਸ਼ਾਇਦ ਸਵਾਲ ਵੀ ਕੀਤਾ ਜਾਵੇਗਾ ਬਾਕੀ ਜਿੰਨੇ ਹਸਪੀਟਲ ਨੇ ਉਹਨਾਂ ਦੇ ਵਿੱਚ ਅਸੀਂ ਆਪ ਜਾ ਰਹੇ ਹਾਂ ਕਿਤੇ ਡਾਕਟਰਾਂ ਦੀ ਕਮੀ ਹੈ ਦਸੂਏ ਦੇ ਵਿੱਚ ਉਹ ਪੂਰੀ ਕੀਤੀ ਜਾ ਰਹੀ ਹੈ ਕੋਸ਼ਿਸ਼ ਕਰਾਂਗੇ ਆਉਣ ਵਾਲਾ ਸਮਾਂ ਜਿਹੜਾ ਤੁਹਾਨੂੰ ਦੱਸੇਗਾ ਮੈਂ ਦਸੂਏ ਦੇ ਵਿੱਚ ਹੋਰ ਵੀ بڑے ਕੰਮ ਜਿਹੜੇ ਰਹਿੰਦੇ ਨੇ ਉਹ ਅਸੀਂ ਕਰਾਉਣ ਦਾ ਯਤਨ ਕਰਾਂਗੇ 2-4 ਦਿਨ ਦੇ ਵਿੱਚ ਹੀ ਤੁਹਾਨੂੰ ਤਾਰੇ ਚੈਨਲ ਤੇ ਫਿਰ ਬੈਠਾਂਗੇ ਫਿਰ ਤੁਹਾਨੂੰ ਦੱਸਾਂਗੇ ਵੀ ਅਕਾਲੀ ਦਲ ਦੇ ਬਹੁਤ ਵੱਡੇ ਕੋਈ ਲੀਡਰ ਜੂਤ ਕਾਲੀ ਦਲ ਦੇ ਇੱਕ ਦੋ ਦਿਨ ਦੇ ਵਿੱਚ ਹੀ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਜਿਹਦੇ ਨਾਲ ਤੁਹਾਨੂੰ ਲੱਗੇਗਾ ਵੀ ਤੁਸੀਂ ਕੰਮ ਕੀਤਾ ਤੁਹਾਨੂੰ ਹੀ ਮਹਿਸੂਸ ਹੋਵੇਗਾ ਮਤਲਬ ਕਿ ਜਿੰਨੇ ਹੀ ਆਮ ਆਦਮੀ ਪਾਰਟੀ ਨੂੰ ਦੂਜੀਆਂ ਵਿਰੋਧੀਆਂ ਪਾਰਟੀਆਂ ਵੱਲ ਦਬਾਨ ਦੀ ਕੋਸ਼ਿਸ਼ ਕੀਤੀ ਆ ਰਹੀ ਉਹਨਾਂ ਹੀ ਪਾਰਟੀ ਉੱਪਰ ਕੇ ਬਾਹਰ ਆ ਰਹੀ ਹੈ ਸੱਚ ਹੈ ਗੇਂਦ ਨੂੰ ਦਬਾਈਏ ਗੇਂਦ ਸਦਾ ਉੱਪਰ ਜਾਂਦੀ ਹੈ ਪਾਰਟੀਆਂ ਨੂੰ ਦਬਾਉਣ ਨਾਲ ਫਰਕ ਨਹੀਂ ਪੈਂਦਾ ਸਾਡਾ ਕੰਮ ਹੈ ਦੂਜਿਆਂ ਦੀ ਲਕੀਰ ਨੂੰ ਮਟਾਉਣਾ ਨਹੀਂ ਉਹਨਾਂ ਆਪਣੀ ਲਕੀਰ ਲੰਮੀ ਕਰਨਾ ਅਸੀਂ ਉਹਨਾਂ ਦੀ ਲਕੀਰ ਨੂੰ ਉੱਥੇ ਛੱਡ ਕੇ ਆਪਣੀ ਲਕੀਰ ਲੰਮੀ ਕਰਾਂਗੇ ਤਾਂ ਕਿ ਅਸੀਂ ਕੰਮ ਕਰੀਏ ਕੰਮ ਉਹ ਕਰਕੇ ਲੋਕਾਂ ਨੂੰ ਦੱਸੀਏ ਕਿ ਅਸੀਂ ਕੰਮ ਕੀਤੇ ਆ ਗਰੀਬ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਅਸੀਂ ਕਰਨ ਦਾ ਯਤਨ ਕਰ ਰਹੇ ਆ ਆ ਜਿਹੜਾ ਦਫ਼ਤਰ ਜਿੱਥੇ ਤੁਸੀਂ ਬੈਠੇ ਹੋ ਇਹ 30 ਸਾਲ ਪੁਰਾਣਾ ਦਫ਼ਤਰ ਆ ਇਹ ਲਗਾਤਾਰ ਚੱਲਦਾ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਂ ਬੈਠਦਾ ਠੀਕ ਹੈ ਸਵੇਰੇ 10 ਵਜੇ ਤੋਂ ਪਹਿਲਾਂ ਮੇਰਾ ਐਮਐਲਏ ਸਾਹਿਬ ਬੇਟਾ ਮੇਰਾ ਐਡਵੋਕੇਟ ਸਾਹਿਬ ਘਰ ਬੈਠਦੇ ਨੇ ਉਸ ਤੋਂ ਬਾਅਦ ਅਸੀਂ ਪਿੰਡਾਂ ਨੂੰ ਚੱਲ ਜਾਂਦੇ ਹੁਣ ਤਾਂ ਵੀ ਪਿੰਡਾਂ ਤੋਂ ਆਇਆ ਭੋਗ ਜਾਂ ਸ਼ਾਦੀਆਂ ਦੇ ਖੁਸ਼ੀਆਂ ਗਮੀਆਂ ਹਾਂਜੀ ਹਰ ਜਗ੍ਹਾ ਤੇ ਅਸੀਂ ਜਾਂਦਾ ਯਤਨ ਕਰਦੇ ਹਾਂ ਸੋਮਵਾਰ ਦੇ ਸੋਮਵਾਰ ਅਸੀਂ ਤਲਵਾੜੇ ਦੇ ਵਿੱਚ ਇੱਕ ਦਫ਼ਤਰ ਖੋਲ੍ਹਿਆ ਜਿੱਥੇ ਜਾ ਕੇ ਅਸੀਂ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਉਸ ਇਲਾਕੇ ਦੀਆਂ ਹੱਲ ਕਰਨ ਦੇ ਲਈ ਵੀ ਬੈਠਦੇ ਹਾਂ ਬਿਲਕੁਲ ਦੋਸਤੋ ਮੁਸ਼ਕਲਾਂ ਤਾਂ ਪਹਿਲਾਂ ਵੀ ਹੱਲ ਹੁੰਦੀਆਂ ਸੀ ਲਕ ਕੀਤੀਆਂ ਜਾ ਰਹੀਆਂ ਨੇ ਸੀਨੀਅਰ ਲੀਡਰ 30 ਸਾਲ ਤੋਂ ਪਹਿਲਾਂ ਵੀ 30 ਸਾਲ ਇੱਥੇ ਬੰਦੇ ਸੀ ਹੁਣ 30 ਸਾਲ ਤੋਂ ਬਾਅਦ ਵੀ ਅਸੀਂ ਇੱਥੇ ਵੇਖਿਆ ਇੱਕ ਵਾਰੀ ਫਿਰ ਤੋਂ ਐਮਐਲ ਸਾਹਿਬ ਦੇ ਪਿਤਾ ਜੀ ਪੂਰੇ ਸੀਨੀਅਰ ਲੀਡਰ ਅਕਾਲੀ ਦਲ ਜੋ ਆਮ ਆਦਮੀ ਪਾਰਟੀ ਸ਼ਾਮਿਲ ਹੋ ਕੇ ਦਸੂਏ ਏਰੀਆ ਦਾ ਮਾਣ ਵਧਾ ਕੇ ਅੱਗੇ ਤੋਂ ਕੇ ਵੱਧ ਜਰ ਕੇ ਜਨਤਾ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਹਨ ਮੈਂ ਤੁਹਾਡਾ ਆਪਣਾ ਐਸਕੇ ਸਖਣਾ ਅੱਜ ਤੱਕ ਸਾਹਮਣੇ ਦਸੂਏ ਤੋਂ